ਹੰਗਾਮੇ ਤੇ ਭੀੜ ਦੀਆਂ ਤਸਵੀਰਾਂ ਇੱਕ ਕਲੀਨਿਕ ਦੀਆਂ ਨੇ ਜਿੱਥੇ ਰਾਤ ਵੇਲੇ ਅਜਿਹਾ ਘਟਿਆ ਕੰਮ ਹੁੰਦਾ ਸੀ ਕਿ ਸਿਹਤ ਵਿਭਾਗ ਨੂੰ ਜਦੋਂ ਪਤਾ ਲੱਗਿਆ ਤਾਂ ਉਹ ਪੁਲਿਸ ਨੂੰ ਨਾਲ ਲੈ ਕੇ ਉੱਥੇ ਪਹੁੰਚ ਗਏ ਜਿਸ ਨੂੰ ਦੇਖ ਕੇ ਕਲੀਨਿਕ ਚਲਾਉਣ ਵਾਲੇ ਸ਼ਖਸ ਦੇ ਹੱਥ ਪੈਰ ਫੁੱਲ ਗਏ ਅਤੇ ਉਸਨੇ ਪਹਿਲੀ ਮੰਜ਼ਿਲ ਤੋਂ ਛਾਲ ਮਾਰ ਦਿੱਤੀ ਨਾਲ ਹੀ ਮਹਿੰਗੇ ਭਾਅ ਦੀ ਮਸ਼ੀਨ ਵੀ ਉਸੇ ਮੰਜ਼ਿਲ ਤੋਂ ਹੇਠਾਂ ਵੀ ਸੁੱਟ ਦਿੱਤੀ ਤਾਂ ਜੋ ਕੋਈ ਵੀ ਸੁਰਾਗ ਨਾ ਬਚੇ ਦੱਸ ਦੇ ਕਿ ਇਸ ਕਲੀਨਿਕ ਦੇ ਵਿੱਚ ਰਾਤ ਵੇਲੇ ਗਰਭਵਤੀ ਔਰਤਾਂ ਦੇ ਲਿੰਗ ਟੈਸਟ ਕੀਤੇ ਜਾਂਦੇ ਸਨ ਤਾਂ ਜੋ ਪਤਾ ਲੱਗ ਸਕੇ ਇੱਕ ਗਰਭਵਤੀ ਔਰਤ ਦੇ ਪੇਟ ਦੇ ਵਿੱਚ ਮੁੰਡਾ ਪਲ ਰਿਹਾ ਹੈ ਜਾਂ ਕੁੜੀ ਪਲ ਰਹੀ ਹੈ ਅਤੇ ਫਿਰ ਉਸੇ ਮੁਤਾਬਿਕ ਇਹ ਮਰੀਜ਼ ਆਪਣਾ ਇਲਾਜ ਵੀ ਕਰਾਉਂਦੇ ਸਨ ਜਦੋਂ ਇਸ ਦਾ ਪਤਾ ਸਿਹਤ ਵਿਭਾਗ ਦੀ ਟੀਮ ਨੂੰ ਲੱਗਾ ਤਾਂ ਸਿਹਤ ਵਿਭਾਗ ਦੇ ਵੱਲੋਂ ਆਪਣਾ ਇੱਕ ਨਕਲੀ ਮਰੀਜ਼ ਤਿਆਰ ਕੀਤਾ ਗਿਆ ਜਿਸ ਦੇ ਨਾਲ ਇਸ ਕਲੀਨਿਕ ਚਲਾਉਣ ਵਾਲੇ ਸ਼ਖਸ ਦੇ ਨਾਲ ਸੰਪਰਕ ਕੀਤਾ ਗਿਆ ਅਤੇ ਮੂੰਹ ਮੰਗੀ ਰਕਮ ਵੀ ਦਿੱਤੀ ਗਈ ਉਸੇ ਹੀ ਨਕਲੀ ਮਰੀਜ਼ ਦੇ ਵੱਲੋਂ ਇਹ ਸਾਰਾ ਪਰਦਾਫਾਸ਼ ਕੀਤਾ ਗਿਆ ਮੌਕੇ ਤੇ ਸਿਹਤ ਵਿਭਾਗ ਦੀ ਟੀਮ ਤੇ ਪੁਲਿਸ ਪਹੁੰਚੀ ਜਿਸ ਨੂੰ ਦੇਖ ਕੇ ਸ਼ਖਸ ਇਸ ਕਦਰ ਘਬਰਾ ਗਿਆ ਕਿ ਉਸਨੇ ਕਲੀਨਿਕ ਦੀ ਪਹਿਲੀ ਮੰਜ਼ਿਲ ਤੋਂ ਛਾਲ ਮਾਰ ਦਿੱਤੀ ਤੇ ਉਸ ਦੀਆਂ ਲੱਤਾਂ ਟੁੱਟ ਗਈਆਂ ਇੰਨਾ ਹੀ ਨਹੀਂ ਜਿਸ ਮਸ਼ੀਨ ਦੇ ਨਾਲ ਸਕੈਨ ਕੀਤਾ ਜਾਂਦਾ ਸੀ ਉਹ ਮਸ਼ੀਨ ਵੀ ਉਸਨੇ ਪਹਿਲੀ ਮੰਜ਼ਿਲ ਤੋਂ ਹੇਠਾਂ ਸੁੱਟ ਦਿੱਤੀ ਤਾਂ ਜੋ ਟੁੱਟ ਜਾਏ ਤੇ ਕੋਈ ਸੁਰਾਗ ਨਾ ਬਚੇ ਸਿਹਤ ਵਿਭਾਗ ਦਾ ਕਹਿਣਾ ਹੈ ਕਿ ਉਹਨਾਂ ਨੂੰ ਕਿਸੇ ਦੇ ਵੱਲੋਂ ਇਹ ਸੂਚਨਾ ਦਿੱਤੀ ਗਈ ਸੀ ਕਿ ਲੁਧਿਆਣਾ ਮੁੰਡੀਆਂ ਕਲਾਂ ਦੇ ਗੁਰਤੇਗ ਬਹਾਦਰ ਨਗਰ ਦੇ ਵਿੱਚ ਇੱਕ ਕਲੀਨਿਕ ਚੱਲ ਰਿਹਾ ਹੈ ਜਿੱਥੇ ਰਾਤ ਵੇਲੇ ਗਰਭਵਤੀ ਔਰਤਾਂ ਦੇ ਲਿੰਗ ਟੈਸਟ ਕੀਤੇ ਜਾਂਦੇ ਨੇ ਜਿਸ ਤੋਂ ਬਾਅਦ ਹੀ ਸਿਹਤ ਵਿਭਾਗ ਦੀ ਟੀਮ ਦੇ ਵੱਲੋਂ ਇਹ ਸਾਰੀ ਕਾਰਵਾਈ ਕੀਤੀ ਗਈ ਅਤੇ ਰੰਗੇ ਹੱਥੀ ਇਸ ਕਲੀਨਿਕ ਦਾ ਪਰਦਾ ਵੀ ਫਾਸ਼ ਕੀਤਾ ਗਿਆ ਤੇ ਸ਼ਖਸ ਨੂੰ ਵੀ ਫੜ ਲਿਆ ਗਿਆ ਇੱਥੇ ਸਿਹਤ ਵਿਭਾਗ ਦੀ ਟੀਮ ਦਾ ਇਹ ਵੀ ਕਹਿਣਾ ਹੈ ਕਿ ਇਸੇ ਹੀ ਮੁਲਜ਼ਮ ਨੂੰ 2020 ਦੇ ਵਿੱਚ ਵੀ ਗੁਰਦਾਸਪੁਰ ਦੀ ਟੀਮ ਵੱਲੋਂ ਟ੍ਰੈਪ ਲਗਾ ਕੇ ਫੜਿਆ ਗਿਆ ਸੀ ਜੇਲ੍ਹ ਵੀ ਭੇਜਿਆ ਗਿਆ ਸੀ ਜੇਲ੍ਹ ਕੱਟਣ ਤੋਂ ਬਾਅਦ ਇਸ ਸ਼ਖਸ ਦੇ ਵੱਲੋਂ ਵਾਪਸ ਆ ਕੇ ਮੁੜ ਤੋਂ ਉਹੀ ਕੰਮ ਕਰਨਾ ਸ਼ੁਰੂ ਕਰ ਦਿੱਤਾ ਗਿਆ ਜਿਸ ਕਰਕੇ ਪੁਲਿਸ ਦੇ ਵੱਲੋਂ ਹੁਣ ਇਸ ਨੂੰ ਦੁਬਾਰਾ ਗ੍ਰਿਫਤਾਰ ਕੀਤਾ ਗਿਆ ਹੈ ਜਿਹੜਾ ਇਹ ਗੁਰੂ ਤੇਗ ਬਹਾਦਰ ਨਗਰ ਹੈ ਮੁੰਡੀਆਂ ਕਲਾਂ ਦੇ ਵਿੱਚ ਥਾਣਾ ਜਮਾਲਪੁਰ ਦੇ ਅੰਡਰ ਸਾਨੂੰ ਕੁਝ ਦਿਨਾਂ ਤੋਂ ਇਨਫੋਰਮੇਸ਼ਨ ਸੀ ਕਿ ਇੱਥੇ ਨਾ ਕੋਈ ਗੈਰ ਕਾਨੂੰਨੀ ਤਰੀਕੇ ਨਾਲ ਮੁੰਡਾ ਕੁੜੀ ਟੈਸਟ ਕਰਨ ਦਾ ਜਿਹੜਾ ਹੁੰਦਾ ਉਹ ਕਾਰਵਾਈ ਚੱਲ ਰਹੀ ਹੈ ਅਸੀਂ ਫਿਰ ਕੋਈ ਆਪਣਾ ਇੱਕ ਡਿਕੁਆਏ ਪੇਸ਼ੈਂਟ ਤਿਆਰ ਕੀਤਾ ਅਤੇ ਉਹ ਪੇਸ਼ੈਂਟ ਨੇ ਜਦੋਂ ਇਹਨਾਂ ਨਾਲ ਕੰਟੈਕਟ ਕੀਤਾ ਤਾਂ ਇਹ ਐਗਰੀ ਹੋਏ ਅਸੀਂ ਜਿਹੜੀ ਉਹਨਾਂ ਨੂੰ ਦਿੱਤੀ ਰਕਮ ਸੀ ਉਹ ਬਕਾਇਦਾ ਨੋਟ ਗਿਣ ਕੇ ਆਪਣੇ ਸਰਕਾਰੀ ਬੈਂਕ 'ਚੋਂ ਕਢਾ ਕੇ ਇਹਨਾਂ ਨੂੰ ਦਿੱਤੇ ਅਤੇ ਜਦੋਂ ਅੱਜ ਇਸ ਐਕਸਟਰਮੀਨੇਸ਼ਨ ਕਰਨ ਲੱਗਿਆ ਸਾਡੀ ਟੀਮ ਨੇ ਮੌਕੇ 'ਤੇ ਇਹਨਾਂ ਨੂੰ ਕਾਬੂ ਕੀਤਾ ਪਰ ਇਨ ਦਾ ਮੀਨ ਟਾਈਮ ਜਿਹੜਾ ਦੋਸ਼ੀ ਸੀ ਕਿ ਜਿਹੜਾ ਦੋਸ਼ੀ ਹੈ ਉਹਨੂੰ ਹਸਪਤਾਲ 'ਚ ਦਾਖਲ ਕਰਾਤਾ ਅਤੇ ਬਾਕੀ ਕਾਨੂੰਨੀ ਕਾਰਵਾਈ ਹਾਲੇ ਚੱਲ ਰਹੀ ਹੈ ਅਤੇ ਇਹਦੇ ਨਾਲ ਹੀ ਇੱਕ ਮਰੀਜ਼ ਨੇੜੇ ਦੇ ਕਿਸੇ ਏਰੀਏ 'ਚ ਹੋਰ ਆਇਆ ਹੋਇਆ ਸੀ ਅਸੀਂ ਉਹਨਾਂ ਨੂੰ ਵੀ ਕਾਬੂ ਕੀਤਾ ਸਰ ਇਸ ਤੋਂ ਪਹਿਲਾਂ ਵੀ ਸਰ ਇੱਥੇ ਕੋਈ ਰੇਡ ਪਈ ਸੀ ਸਰ ਜਾਂ ਮੈਨੂੰ ਉਹਦੀ ਨੌਲੇਜ ਨਹੀਂ ਹੈ ਅਸੀਂ ਆਪਣਾ ਰਿਕਾਰਡ ਦੇਖ ਲਾਂਗੇ ਉਸ ਤੋਂ ਬਾਅਦ ਹੀ ਅਸੀਂ ਕੁਝ ਕਹਿ ਸਕਦੇ ਥੈਂਕ ਯੂ ਅਤੇ ਸਰ ਅੱਜ ਕੀ ਬਰਾਮਦ ਕੀ ਹੋਇਆ ਸਰ ਅੰਦਰੋਂ ਉਹਨਾਂ ਕੋਲ ਜਿਹੜੀ ਮਸ਼ੀਨ ਸੀ ਉਹ ਬਰਾਮਦ ਹੋਈ ਹੈ ਮਸ਼ੀਨ ਵੀ ਥੋੜ੍ਹੀ ਜਿਹੀ ਡੈਮੇਜ ਹੋ ਗਈ ਕਿਉਂਕਿ ਉਹਨੇ ਹਾਈਟ ਦੇ ਉੱਤੋਂ ਛਿੜਤੀ ਸੀਗੀ ਬਾਕੀ ਕੁਝ ਦਵਾਈਆਂ ਮਿਲੀਆਂ ਨੇ ਉਹ ਅਸੀਂ ਡਰੱਗ ਇੰਸਪੈਕਟਰ ਨੂੰ ਬੁਲਾ ਰਹੇ ਹਾਂ ਵੀ ਕੀ ਇਹ ਲਾਇਸੈਂਸ ਦਾ ਦਵਾਈਆਂ ਨੇ ਜਾਂ ਮਤਲਬ ਕੋਈ ਐਕਸਪਾਇਰ ਵਗੈਰਾ ਜਾਂ ਕੁਝ ਹੋਰ ਤਾਂ ਅਤੇ ਬਾਕੀ ਜਿਹੜੇ ਨੋਟਸ ਦਿੱਤੇ ਸੀ ਅਸੀਂ ਉਹ ਰਿਕਵਰ ਕਰ